ਤੇ ਮਾਮਲਾ ਜੁੜਿਆ ਹੈ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਯਾਨੀ ਕਿ ਕਿੱਕੀ ਢਿੱਲੋਂ ਦੇ ਨਾਲ ਜੁੜਿਆ ਜਿਨ੍ਹਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਐ ਤੇ ਨਾਲ ਹੀ ਦੱਸਦੀ ਐ ਕਿ ਵਿਜੀਲੈਂਸ ਦੇ ਵੱਲੋਂ ਉਕਤ ਮਾਮਲੇ ਦੇ ਤਹਿਤ ਅੱਜ ਗਵਾਹ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਕੋਰਟ ਦੇ ਵਿੱਚ ਤੇ ਨਾਲ ਹੀ ਦੱਸਦੀ ਐ ਕਿ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਬੇਨਾਮੀ ਜਾਇਦਾਦ ਨੂੰ ਲੈ ਕੇ ਮਾਮਲਾ ਵਿਜੀਲੈਂਸ ਦੇ ਵੱਲੋਂ ਦਰਜ ਕਰਵਾਇਆ ਗਿਆ ਸੀ ਤੇ ਨਾਲ ਹੀ ਕਿਹਾ ਗਿਆ ਸੀ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਪਰ ਜ਼ਮੀਨ ਖਰੀਦੀ ਸੀ ਤੇ ਅੱਜ ਵਿਜੀਲੈਂਸ ਦੇ ਵੱਲੋਂ ਜਦੋਂ ਗਵਾਹ ਪੇਸ਼ ਕੀਤੇ ਗਏ ਨੇ ਕੋਰਟ ਦੇ ਵਿੱਚ ਇਸ ਦੇ ਨਾਲ ਹੀ ਵਿਜੀਲੈਂਸ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜਿਹੜੇ ਸਾਬਕਾ ਵਿਧਾਇਕ ਕਿਕਿਟੇਲੋ ਹੈ ਉਹਨਾਂ ਨੇ ਜਿਹੜੇ ਰਿਸ਼ਤੇਦਾਰਾਂ ਦੇ ਨਾਮ ਉੱਤੇ ਜ਼ਮੀਨ ਤਾਂ ਖਰੀਦੀ ਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਮਾਂ ਦੇ ਖਾਤੇ ਦੇ ਵਿੱਚ ਪੈਸੇ ਵੀ ਲਏ ਗਏ ਨੇ ਇਸ ਦੇ ਰਿਕਾਰਡ ਵੀ ਅੱਜ ਪੇਸ਼ ਜਿਹੜਾ ਹੈ ਵਿਜੀਲੈਂਸ ਦੇ ਵੱਲੋਂ ਕੀਤੇ ਗਏ ਨੇ कोर्ट ਦੇ ਵਿੱਚ ਨਾਲ ਹੀ ਦੱਸਦੀ ਹੈ ਕਿ ਵਿਜੀਲੈਂਸ ਦੇ ਵੱਲੋਂ ਕਿ ਕਿ ਢਿੱਲੋ ਦੇ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਦੋਸ਼ ਆਇਤ ਕੀਤੇ ਗਏ ਸਨ ਇਸ ਪੂਰੇ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਜਿਹੜੇ ਕਿਹਾ ਗਿਆ ਸੀ ਕੋਰਟ ਨੇ ਕਿਹਾ ਸੀ ਕਿ ਗਵਾਹ ਨੂੰ ਪੇਸ਼ ਕੀਤਾ ਜਾਵੇ ਤੇ ਅੱਜ ਵਿਜੀਲੈਂਸ ਦੇ ਵੱਲੋਂ ਗਵਾਹ ਜਿਹੜੇ ਨੇ ਪੇਸ਼ ਕੀਤੇ ਗਏ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਵਿਜੀਲੈਂਸ ਨੇ ਵਦੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਬੈਂਕ ਤੇ ਮਾਲੀਆ ਵਿਭਾਗ ਦੇ ਅਧਿਕਾਰੀ ਨੂੰ ਗਵਾਹ ਦੇ ਵਜੋਂ ਪੇਸ਼ ਕੀਤਾ ਹੈ ਇਹਨਾਂ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤੇ ਤੇ ਨਾਲ ਹੀ ਜ਼ਮੀਨ ਦੇ ਰਿਕਾਰਡ ਜਿਹੜੇ ਨੇ ਪੇਸ਼ ਕੀਤੇ ਨੇ ਕੋਰਟ ਦੇ ਵਿੱਚ ਤੇ ਨਾਲ ਹੀ ਸਾਬਕਾ ਵਿਧਾਇਕ ਦੇ ਵਕੀਲ ਨੇ ਵਿਜਲੈਂਸ ਨੂੰ ਜ਼ਬਤ ਕੀਤੇ ਰਿਕਾਰਡਾਂ ਦੀਆਂ ਕਾਪੀਆਂ ਉਹਨਾਂ ਨੂੰ ਜਿਹੜੇ ਆ ਮੁਹਈਆ ਕਰਵਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਨੇ ਕਿਉਂਕਿ ਇਹ ਰਿਕਾਰਡ ਜਿਹੜੇ ਚੁਲਾਨ ਦਾ ਹਿੱਸਾ ਨਹੀਂ ਬਣਾਏ ਗਏ ਨੇ ਤੇ ਨਾਲ ਹੀ ਵਿਜਲੈਂਸ ਦੇ ਵੱਲੋਂ ਦੋਸ਼ ਜਿਹੜਾ ਹੈ ਲਗਾਇਆ ਗਿਆ ਸੀ ਕਿ ਕਿਕੀ ਢਿੱਲੋ ਦੇ ਉੱਪਰ ਕੇ ਰਿਸ਼ਤੇਦਾਰ ਗੁਰਸੇਵਕ ਸਿੰਘ ਤੇ ਰਾਜਵਿੰਦਰ ਸਿੰਘ ਦੇ ਨਾਂ ਉੱਤੇ ਉਹਨਾਂ ਦੇ ਵੱਲੋਂ ਜਾਇਦਾਦ ਜਿਹੜੀ ਹੈ ਉਹ ਖਰੀਦੀ ਗਈ ਸੀ ਇਸ ਕੇਸ ਦੇ ਤਹਿਤ ਹੀ ਅੱਜ ਵਿਜਲੈਂਸ ਦੇ ਵੱਲੋਂ ਜਿਹੜੇ ਨੇ ਉਹ ਗਵਾਹ ਜਿਹੜੇ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਤੇ ਨਾਲ ਹੁਣ ਦੱਸ ਦਈਏ ਵਿਜਲੈਂਸ ਦੇ ਵੱਲੋਂ ਬਾਰ ਬਾਰ ਦਾਬਾ ਇੱਕੋ ਹੀ ਗੱਲ ਦਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਅੱਜ ਅਸੀਂ ਗਵਾਹ ਪੇਸ਼ ਕੀਤੇ ਨੇ ਉਹਨਾਂ ਦੇ ਨਾਮ ਉੱਤੇ ਹੀ ਢਿੱਲੋ ਦੇ ਵੱਲੋਂ ਜਿਹੜਾ ਹੈ ਉਹ ਜ਼ਮੀਨ ਖਰੀਦੀ ਗਈ ਸੀ ਤੇ ਲਗਾਤਾਰ ਇਹ ਦੋਸ਼ ਲੱਗਦੇ ਹੋਏ ਨਜ਼ਰ ਆਏ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਹੈ ਆਪਣੇ ਮਾ ਦੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕਰਵਾਏ ਗਏ ਨੇ ਪਰ ਉੱਥੇ ਹੀ ਗੁਰਸੇਵਕ ਸਿੰਘ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਗੁਰਸੇਵਕ ਸਿੰਘ ਨੇ ਉਹਨਾਂ ਦੇ ਕੋਲ ਇੰਨੀ ਹیثیت ਹੈ ਕਿ ਉਹ ਉਹ ਇੰਨੀ ਜ਼ਮੀਨ ਖਰੀਦ ਸਕਦੇ ਨੇ ਪਰ ਉੱਥੇ ਹੀ ਵਿਜੀਲੈਂਸ ਉਹਨਾਂ ਨੂੰ ਫਸਾਣ ਦਾ ਕੰਮ ਕਰ ਰਹੀ ਹੈ ਤਾਂ ਉਥੇ ਦੱਸਦੀ ਹੈ ਕਿ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁਰਸੇਵਕ ਤੇ ਰਾਜਵਿੰਦਰ ਦੇ ਵੱਲੋਂ ਕਿਕੀ ਢਿੱਲੋ ਦੀ ਮਾ ਦੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਨੇ ਜਿਸ ਦਾ ਰਿਕਾਰਡ ਉਹਨਾਂ ਕੋਲ ਹੈ ਇਸ ਤੋਂ ਬਾਅਦ ਇਹ ਪੈਸੇ ਕਿਕੀ ਦੇ ਖਾਤੇ ਦੇ ਵਿੱਚ ਪਾ ਦਿੱਤੇ ਗਏ ਨੇ ਅਦਾਲਤ ਨੇ ਕਿਹਾ ਹੈ ਕਿ ਗਵਾਹਾਂ ਉੱਤੇ ਸਬੂਤਾ ਦੇ ਆਧਾਰ ਉੱਤੇ ਪਹਿਲੀ ਨਜ਼ਰ ਕੇਸ ਦਰਜ ਕਰਨਾ ਬਣਦਾ ਹੈ ਤਾਂ ਕਹਿ ਸਕਦੇ ਹਾਂ ਕਿ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕਿਕੀ ਤਲੀਆਂ ਮੁਸ਼ਕਿਲਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੇ ਬੇਨਾਮੀ ਜ਼ਾਇਦਾਦ ਦਾ ਇਹ ਮਾਮਲਾ ਹੈ ਤੇ ਨਾਲ ਹੀ ਮਾਮਲੇ ਦੇ ਵਿੱਚ ਉਹਨਾਂ ਦੇ ਦੋ ਰਿਸ਼ਤੇਦਾਰਾਂ ਦੇ ਖਿਲਾਫ ਵੀ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਉੱਤੇ ਜ਼ਾਇਦਾਦ ਖਰੀਦੀ ਸੀ ਲੋ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਮਾਮਲਾ ਸੀ ਤੇ 8 ਦਸੰਬਰ ਨੂੰ ਜਿਹੜੇ ਕੋਰਟ ਦੇ ਵੱਲੋਂ ਵਿਜੀਲੈਂਸ ਨੂੰ ਹੁਕਮ ਦਿੱਤੇ ਗਏ ਸਨ ਕਿ ਉਹ ਆਪਣਾ ਜਿਹੜੇ ਗਵਾਹ ਹੈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਤੇ ਵਿਜੀਲੈਂਸ ਦੇ ਵੱਲੋਂ ਹੁਣ ਗਵਾਹ ਜਿਹੜੇ ਨੇ ਉਹ कोर्ट ਦੇ ਵਿੱਚ ਪੇਸ਼ ਕੀਤੇ ਨੇ ਤੇ ਉਹਨਾਂ ਗਵਾਹਾਂ ਦੇ ਮੱਦੇ ਨਜ਼ਰ ਹੁਣ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਸਬੂਤ ਵਿਜਲੈਂਸ ਦੇ ਵੱਲੋਂ ਪੇਸ਼ ਕੀਤੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਕੇਸ ਦਰਜ ਕਰਨਾ ਪਹਿਲੀ ਨਜ਼ਰੇ ਹੀ ਬਣਦਾ ਹੈ ਤੇ ਹੁਣ ਲਗਾਤਾਰ ਹੀ ਕਾਂਗਰਸੀ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਹੜਾ ਜੱਜ ਦੇ ਵੱਲੋਂ ਕਿਹਾ ਗਿਆ ਹੈ ਕਿ ਸਬੂਤਾਂ ਦੇ ਆਧਾਰ ਤੇ ਪਹਿਲੀ ਨਜ਼ਰ ਤੇ ਹੀ ਇਹ ਕੇਸ ਬਣਦਾ ਹੈ ਲਗਾਤਾਰ ਹੀ ਉੱਤੇ ਹੀ ਜਿਹੜੇ ਉਹਨਾਂ ਦੇ ਨਾਲ ਦੋ ਨਾਮਜ਼ਦ ਕੀਤੇ ਗਏ ਸਨ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਗੁਰਸੇਵਕ ਸਿੰਘ ਦੇ ਵਕੀਲ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ਇੰਨੀ ਕ ਹیثیت ਰੱਖਦੇ ਨੇ ਕਿ ਉਹਨਾਂ ਕੋਲ ਇੰਨੀ ਜਾਇਦਾਦ ਖਰੀਦ ਹੋ ਸਕਦੇ ਨੇ ਪਰ ਉੱਤੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਅੰਝੜਾ ਹੈ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਸਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਹੀ ਹੁਣ ਅਗਲੀ ਕਾਰਵਾਈ ਹੋਵੇਗੀ ਤੇ ਹੁਣ ਗਵਾਹ ਜਿਹੜੇ ਨੇ ਵਿਜੀਲੈਂਸ ਦੇ ਵੱਲੋਂ ਉਹ ਪੇਸ਼ ਕਰ ਦਿੱਤੇ ਗਏ ਨੇ ਇੱਕ ਬੈਂਕ ਤੇ ਇੱਕ ਪਟਵਾਰੀ ਨੂੰ ਪੇਸ਼ ਕੀਤਾ ਹੈ ਕੋਰਟ ਦੇ ਵਿੱਚ ਤੇ ਹੁਣ ਅਗਲੀ ਕਾਰਵਾਈ ਕੋਰਟ ਇਸ ਪੂਰੇ ਮਾਮਲੇ ਦੇ ਵਿੱਚ ਕਰ ਰਹੀ ਹੈ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ